द एनालाइट टीवी ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਮੱਕੜ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਥਰਮਲ ਪਲਾਂਟ ਚਲਾਉਣਾ ਹੀ ਨਹੀਂ ਆਉਂਦਾ। ਇਸੀ ਦੌਰਾਨ ਉਹਨਾਂ ਨੇ ਝੋਨੇ ਦੀ ਫਸਲ ਨੂੰ ਲੇਟ ਕਰਨ ਨੂੰ ਪੰਜਾਬ ਸਰਕਾਰ ਦੁਆਰਾ ਸਾਜ਼ਿਸ਼ ਕਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਝੋਨੇ ਦੀ ਫਸਲ ਦੇ ਲਈ 20 ਤਰੀਕ ਬਹੁਤ ਲੇਟ ਹੈ। ਸਰਕਾਰ ਨੇ ਇਹ ਇਸ ਲਈ ਕੀਤਾ ਤਾਂ ਕਿ ਕਿਸਾਨਾਂ ਨੂੰ ਬਿਜਲੀ ਘੱਟ ਮਿਲੇ। ਜੇ ਸਰਕਾਰੀ ਥਰਮਲ ਪਲਾਂਟ ਵੀ ਚਲਾਓ ਨਾ ਚਲਾਓ ਤੁਹਾਨੂੰ ਪੈਸੇ ਦੇਣੇ ਪੈਂਦੇ ਆ। ਕਾਨਗੜ ਸਾਹਿਬ ਨਵੇਂ ਮੰਤਰੀ ਬਣੇ ਆ, ਪਹਿਲੇ ਦਿਨ ਕਹਿੰਦੇ ਆ ਸਰਪਲਸ, ਦੂਜੇ ਦਿਨ ਕਹਿੰਦੇ ਨਹੀਂ ਸਰਪਲਸ, ਉਹਨਾਂ ਦਾ ਚੇਅਰਮੈਨ ਕਹਿੰਦਾ ਸਰਪਲਸ, ਮੁੱਖ ਮੰਤਰੀ ਕਹਿੰਦਾ ਸਰਪਲਸ ਹੈ ਪਾਵਰ। ਜਦੋਂ ਪਾਵਰ ਹੀ ਸਰਪਲਸ ਹੈ, ਇਹਨਾਂ ਨੂੰ ਐਕਚੁਅਲੀ ਚਲਾਉਣਾ ਹੀ ਨਹੀਂ ਆਉਂਦਾ ਥਰਮਲ। ਪੰਜਾਬ ਸਰਕਾਰ ਆਪਣੀ ਸਬਸਿਡੀ ਬਚਾਉਣ ਦੇ ਲਈ ਇਹ ਸਭ ਕੁਝ ਕਰ ਰਹੀ ਹੈ। ਪੰਜਾਬ ਦੇ ਜੇਲ੍ਹ ਮੰਤਰੀ ਦੁਆਰਾ ਜੇਲ੍ਹਾਂ ਵਿੱਚ ਚੈਂਬਰ ਲਗਾਉਣ ਦੇ ਸਵਾਲ ਉੱਤੇ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਿਆਨਾਂ ਤੇ ਨਿਰਭਰ ਹੈ। ਸਰਕਾਰ ਨੂੰ 1.5 ਸਾਲ ਤੋਂ ਉੱਪਰ ਦਾ ਸਮੇਂ ਹੋ ਚੁੱਕਿਆ ਹੈ, ਪਰ ਅਜੇ ਤੱਕ ਕੋਈ ਵੀ ਠੋਸ ਕਦਮ ਸਰਕਾਰ ਦੁਆਰਾ ਨਹੀਂ ਲਿਆ ਗਿਆ। ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਦੀ ਮੁਹਿੰਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਹਰ ਫਰੰਟ ਉੱਤੇ ਫੇਲ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਵੀ ਵਾਅਦੇ ਲੋਕਾਂ ਨਾਲ ਕੀਤੇ ਸੀ, ਉਹਨਾਂ ਨੇ ਸਾਰੇ ਵਾਅਦਿਆਂ ਤੇ ਧੋਖਾ ਦਿੱਤਾ ਹੈ। ਭਾਵੇਂ ਨੌਜਵਾਨ ਸੀ, ਕਿਸਾਨ ਸੀ, ਜਿੰਨੇ ਪ੍ਰੋਮਿਸਿਸ ਗੁਟਕਾ ਸਾਹਿਬ ਨਾਲ ਲੈ ਕੇ ਹੱਥ 'ਚ ਰੱਖ ਕੇ ਜੋ ਪ੍ਰੋਮਿਸ ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਵਜ਼ਾਰਤ ਨੇ ਲੋਕਾਂ ਨਾਲ ਕੀਤੇ, ਹਰ ਗੱਲ 'ਚ ਧੋਖਾ ਦਿੱਤਾ। ਆ ਰੈਗੂਲੇਟਰੀ ਕਮਿਸ਼ਨ ਤੁਸੀਂ ਕੀ ਸਮਝ ਲਾਇਆ ਕੀ ਨੇ? ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਉਸਮਜੀਤ ਸਿੱਧੂ ਅਪੁਆਇੰਟਡ ਬਾਏ ਕੈਪਟਨ ਅਮਰਿੰਦਰ ਸਿੰਘ, ਅਤੇ ਅੱਜ ਕੀ ਕਹਿ ਰਿਹਾ ਸਾਰੀ ਸਬਸਿਡੀ ਵਾਪਸ ਲੈ ਲਓ। ਬਿਊਰੋ ਰਿਪੋਰਟ, ਦੀ ਐਨ ਆਰ ਆਈ ਟੀਵੀ।